ਕੈਨੇਡਾ ਦੇ ਬ੍ਰੈਪਟਨ ਸ਼ਹਿਰ ਵਿੱਚ ਪੰਜਾਬੀ ਕਲਚਰ ਨੂੰ ਸੰਭਾਲਦੇ ਹੋਏ ਬੀਬੀਆਂ ਭੈਣਾਂ ਵੱਲੋਂ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਹਿਕਰੀ ਵੋਲਡ ਪਬਲਿਕ ਸਕੂਲ 630 ਰੇਲ ਆਸਨ ਬੁੱਲੇਵਰਲਡ ਬ੍ਰੈਪਟਨ ਦੇ ਗਰਾਊਂਡ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਹ ਤੀਆਂ ਦਾ ਤਿਉਹਾਰ ਇਸੇ ਥਾਂ ਤੇ ਪਿਛਲੇ 9 ਸਾਲਾਂ ਤੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ 1 ਮਹੀਨੇ ਤੋਂ ਹਰ ਰੋਜ਼ ਸ਼ਾਮ ਨੂੰ ਲਗਾਤਾਰ ਚੱਲ ਰਿਹਾ ਸੀ, ਜਿਸ ਵਿੱਚ ਬੀਬੀਆਂ ਭੈਣਾਂ ਵੱਲੋਂ ਇਕੱਠੀਆਂ ਹੋ ਕੇ ਪੰਜਾਬੀ ਗੀਤ ਗਾਉਂਦੀਆਂ ਸਨ। ਅੱਜ ਆਖਰੀ ਦਿਨ ਇਹਨਾਂ ਤੀਆਂ ਦੀ ਪੱਲੋ ਸੀ। ਅੱਜ ਵੱਡੀ ਗਿਣਤੀ ਵਿੱਚ ਬੀਬੀਆਂ ਭੈਣਾਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇ ਪੰਜਾਬੀ ਵਿਆਹ ਦੀ ਤਰ੍ਹਾਂ ਨਾਨਕ ਮੇਲ ਸਿੱਠਣੀਆਂ, ਛੱਜ ਤੋੜਿਆ, ਬਰਾਤੀ ਮੇਲੀ, ਪਾਣੀ ਵਾਰਨ ਦੀ ਰਸਮ, ਜਾਗੋ ਕੱਢੀ, ਗਿੱਧਾ ਭੰਗੜਾ ਪਾਇਆ ਗਿਆ। ਇਸ ਮੌਕੇ ਆਈਆਂ ਬੀਬੀਆਂ ਭੈਣਾਂ ਵੱਲੋਂ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਪੰਜਾਬੀ ਵਿਰਸੇ ਨਾਲ ਜੁੜੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਹਨਾਂ ਤੀਆਂ ਦੀ ਇੱਕ ਇਹ ਵੀ ਖਾਸੀਅਤ ਸੀ ਕਿ ਇਸ ਪ੍ਰੋਗਰਾਮ ਦੀ ਕੋਈ ਟਿਕਟ ਨਹੀਂ ਰੱਖੀ ਗਈ ਸੀ ਤੇ ਖਾਣ ਪੀਣ ਦਾ ਪ੍ਰਬੰਧ ਤੀਆਂ ਕਮੇਟੀ ਵੱਲੋਂ ਕੀਤਾ ਗਿਆ। ਬੀਬੀਆਂ ਭੈਣਾਂ ਨੂੰ ਤੀਆਂ ਕਮੇਟੀ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਤੀਆਂ ਦੀ ਰੌਣਕ ਵਧਾਓ ਤੇ ਆਨੰਦ ਮਾਣਦੇ ਹੋਏ ਬੀਬੀਆਂ ਭੈਣਾਂ ਵੱਲੋਂ ਕੈਨੇਡਾ ਦੇ ਜੰਮਪਲ ਬੱਚਿਆਂ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ MP ਸੋਨੀਆ ਸਿੱਧੂ ਵੀ ਪਹੁੰਚੀ। ਕਮੇਟੀ ਮੈਂਬਰ ਦਲਜੀਤ ਕੌਰ, ਸੁਰਿੰਦਰ ਕੌਰ, ਬਲਵਿੰਦਰ ਕੌਰ, ਪ੍ਰੀਤ ਸਿੱਧੂ ਨੇ ਆਈ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ MP ਸੋਨੀਆ ਸਿੱਧੂ ਨੇ ਕਿਹਾ ਕਿ ਸਾਡਾ ਪੰਜਾਬੀ ਭਾਈਚਾਰਾ ਕੈਨੇਡਾ ਵਿੱਚ ਰਹਿੰਦੇ ਹੋਏ ਅੱਜ ਵੀ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਹੈ। ਦੇਖਦੇ ਹੋ ਕਿ ਪੁਰਾਣੀਆਂ ਜਿਹੜੀਆਂ ਟ੍ਰੈਡੀਸ਼ਨਸ ਆ ਪੂਰੀਆਂ ਅਲਾਈਵ ਹੈਗੀਆਂ। ਆਪਣੀਆਂ ਜਿਹੜੀਆਂ ਭੈਣਾਂ, ਮਾਵਾਂ, ਆਂਟੀ ਸਾਰੇ ਰਲ ਕੇ ਅੱਜ ਗਿੱਧਾ ਪਾ ਰਹੇ ਹੈਗੇ ਆ, ਜਿਹੜੇ ਕਿ ਸਾਉਣ ਦੇ ਮਹੀਨੇ ਆਪਣੇ ਬੈਕ ਹੋਮ ਦੇ ਵਿੱਚ ਸਾਰੇ ਰਲ ਮਿਲ ਕੇ ਕੁੜੀਆਂ ਤੀਆਂ ਮਨਾਉਂਦੀਆਂ ਸੀ। ਅੱਜ ਇੱਥੇ ਤੀਆਂ ਦਾ ਮੇਲਾ ਲੱਗਾ ਹੋਇਆ। ਇਟਸ ਗੁੱਡ ਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗਦਾ ਕਿ ਕੀ ਟ੍ਰੈਡੀਸ਼ਨਸ ਹੁੰਦੀਆਂ ਸੀਗੀਆਂ ਅਤੇ ਸਾਰੇ ਬਹੁਤ ਇੰਜੋਏ ਕਰ ਰਹੇ ਆ। ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸੇ ਬਹਾਨੇ ਸਾਰਿਆਂ ਨਾਲ ਤੁਸੀਂ ਮਿਲ ਲੈਂਦੇ ਹੋ, ਕੋਈ ਇਸ਼ੂਜ਼ ਦਾ ਪਤਾ ਲੱਗ ਸਕਦਾ ਤੁਹਾਨੂੰ। ਸੋ ਸਭ ਤੋਂ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ ਕਿ ਇੱਥੇ ਆ ਕੇ ਵੀ ਇਹ ਰੂਟਸ ਨਾਲ ਜੁੜੇ ਹੋਏ ਆ ਪੰਜਾਬ ਦੇ ਜਿਹੜੇ ਮੇਲਾ ਤੀਆਂ ਦਾ, ਸਪੈਸ਼ਲੀ ਭੈਣਾਂ ਦਾ ਹੁੰਦਾ। ਤੁਸੀਂ ਦੇਖ ਰਹੇ ਹੋ ਜਾਗੋ ਵੱਲੋਂ ਅੱਜ ਪੈ ਰਹੀ ਹੈਗੀ ਆ। ਸੋ ਹਰ ਜਿਹੜੀ ਹੈ ਮੇਰੇ ਖਿਆਲ ਜਿਹੜਾ ਕਿ ਬਿਜ਼ੀ ਜਿਹੜੇ ਇੰਨੇ ਹੋ ਗਏ, ਇੱਥੇ ਵੀ ਬਹੁਤ ਬਿਜ਼ੀ ਹੁੰਦੇ ਪਰ ਫਿਰ ਵੀ ਜਿਹੜੀ ਰੈਜ਼ੀਡੈਂਟਸ ਹੈਗੇ ਆ ਜਿਵੇਂ ਬ੍ਰੈਂਪਟਨ ਦੇ, ਉਹ ਸੋਚਦੇ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੀਆਂ ਰੂਟਸ ਨਾਲ ਜੋੜ ਕੇ ਰੱਖੀਏ। ਅਤੇ ਪੰਜਾਬ ਦੇ ਵਿੱਚ ਆਲਰੇਡੀ ਉਹ ਪੰਜਾਬ 'ਚ ਹੈਗੇ ਆ ਅਤੇ ਜਿਹੜੇ ਬਰੋਡ ਲੋਕ ਜਿਹੜੇ ਇੱਥੇ ਕੈਨੇਡਾ 'ਚ ਹੈਗੇ, ਕੈਨੇਡੀਅਨਸ, ਇੰਡੋ ਕੈਨੇਡੀਅਨਸ, ਉਹ ਸੋਚਦੇ ਕਿ ਅਸੀਂ ਇਸੇ ਬਹਾਨੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਰੂਟਸ ਨਾਲ ਜੋੜ ਕੇ ਰੱਖਾਂਗੇ। ਇਸੇ ਕਰਕੇ ਸਾਉਣ ਦੇ ਮਹੀਨੇ ਤੁਸੀਂ ਦੇਖ ਰਹੇ ਹੋ ਵੱਖ ਵੱਖ ਪਾਰਕਾਂ 'ਤੇ ਤੀਆਂ ਦਾ ਮੇਲਾ ਲੱਗਦਾ। ਕੈਨੇਡਾ ਤੋਂ ਪੰਜਾਬੀ ਸਰਗਰਮੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।